ਬਹੁਤ ਬਹੁਤ ਧੰਨਵਾਦ ਕਰਨਾ ਹਾਂ ਜਿਹੜੇ ਜਿਹੜੇ ਸਤਿਕਾਰਿਤ ਹਸਤੀਆਂ ਇਸ ਸਥਾਨ 'ਤੇ ਆਈਆਂ, ਔਰ ਸਰਦਾਰ ਗੁਰਮਿੰਦਰ ਸਿੰਘ ਮਠਾਰੂ, ਸਰਦਾਰ ਪਾਲ ਸਿੰਘ ਕੋਛੜ, ਜਤਿੰਦਰਪਾਲ ਸਿੰਘ ਜੀ, ਹਰਸਰਨ ਸਿੰਘ ਜੀ ਸੰਧੂ ਅਤੇ ਮਹਿੰਦਰ ਸਿੰਘ ਜੀ ਭੁੱਲਰ, ਸੁਰਜੀਤ ਸਿੰਘ ਜੀ ਸੋਨੀਪਤ ਤੋਂ ਹਰਿਆਣਾ ਤੋਂ, ਬਲਜੀਤ ਸਿੰਘ ਜੀ, ਬੀਬੀ ਰਣਜੀਤ ਕੌਰ ਜੀ, ਜਸਵੰਤ ਸਿੰਘ ਜੀ ਸੋਨੀਪਤ ਤੋਂ, ਭੁਪਿੰਦਰ ਸਿੰਘ ਸੋਨੀਪਤ, ਇਹ ਸਾਰਿਆਂ ਨੂੰ ਮੈਂ ਜੀ ਆਇਆਂ ਕਹਿਣਾ ਹਾਂ। ਅਤੇ ਨਾਲ ਹੀ ਮੈਂ ਹੁਣ ਬੜੇ ਅਦਬ ਸਤਿਕਾਰ ਦੇ ਨਾਲ ਬੇਨਤੀ ਕਰਨ ਜਾ ਰਿਹਾ ਹਾਂ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਸੋਨੂ ਵੀਰ ਜੀ ਨੂੰ, ਉਹ ਆਪ ਜੀ ਨੂੰ 1 ਘੰਟੇ ਲਈ ਕੀਰਤਨ ਸਰਣ ਕਰਾਉਣਗੇ। ਗੁਰੂ ਕਾ ਲੰਗਰ ਤਿਆਰ ਹੈ ਸਰ ਸੰਗਤ ਜੀ, ਗੁਰੂ ਕਾ ਲੰਗਰ ਵੀ ਆਪਦੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਬੇਨਤੀ ਮੈਂ ਆਪ ਜੀ ਨੂੰ ਦੱਸਾਂ ਕਿ ਇਹ 550 ਸਾਲਾ ਗੁਰੂ ਨਾਨਕ ਦੇਵ ਗੁਰਪੁਰਬ ਦੇ ਉਪਲਕਸ਼ ਵਿੱਚ ਇਸ ਸਥਾਨ 'ਤੇ ਸਵੇਰੇ ਹਰ ਐਤਵਾਰ 5:15 ਤੋਂ 6:15 ਸਿਮਰਨ ਅਤੇ ਰੋਜ਼ਾਨਾ ਸ਼ਾਮ ਨੂੰ 7:45 ਤੋਂ 8:15 ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। 8:15 ਤੋਂ ਲੈ ਕੇ 9 ਵਜੇ ਤੱਕ ਰੋਜ਼ਾਨਾ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ 2 ਅੰਗ ਵਿਚਾਰ ਕੇ ਕੀਤਾ ਜਾਂਦਾ ਹੈ। ਡਾਕਟਰ ਮਨਪ੍ਰੀਤ ਸਿੰਘ ਜੀ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ MA PhD ਹੈਗੇ ਨੇ, ਉਹ ਇਹ ਸੇਵਾ ਨਿਭਾ ਰਹੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਇਸ ਉਪਲਾਹੇ ਦਾ ਵੱਧ ਤੋਂ ਵੱਧ ਲਾਹ ਲਓ। ਅਤੇ ਹੁਣ ਮੇਰੇ ਵੀਰ ਜਸਪ੍ਰੀਤ ਵੀਰ ਜੀ, ਉਹ ਆਪ ਜੀ ਨੂੰ ਕੀਰਤਨ ਸਰਣ ਕਰਾਉਣਗੇ ਪੁੱਲ ਚੁੱਕ ਦੀ ਸ਼ਮਾ। ਮੈਂ ਜਸਪ੍ਰੀਤ ਜੀ ਕੋਲ ਮਾਫ਼ੀ ਵੀ ਚਾਹੁੰਦਾ ਹਾਂ ਕਿ ਉਹਨਾਂ ਦਾ ਟਾਈਮ ਮੈਂ ਜ਼ਿਆਦਾ ਲੈ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹ ਵਾਹ। ਸਾਰੀਆਂ ਸੰਗਤਾਂ ਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸੇ ਤਰ੍ਹਾਂ ਜਿਵੇਂ ਕੀਰਤਨ ਦੇ ਮੰਡਲ ਵਿੱਚ ਆਪ ਜੀ ਦੀਆਂ ਸੁਰਤੀਆਂ ਬਿਰਤੀਆਂ ਜੁੜੀਆਂ ਸਨ, ਆਓ ਕੋਸ਼ਿਸ਼ ਕਰੀਏ ਮਨ ਨੂੰ ਉਸੇ ਮਾਹੌਲ 'ਚ ਲੈ ਕੇ ਆਈਏ। ਇੱਕ ਵਾਰੀ ਗੁਰੂ ਤੋਂ ਅਸੀਸ ਲਈਏ, ਗੁਰੂ ਨੂੰ ਫਤਿਹ ਬੁਲਾ ਕੇ ਅਸੀਸ ਮੰਗੀਏ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਰਸ ਆ ਰਿਹਾ ਸੀ ਜਦੋਂ ਭਾਈ ਸਾਹਿਬ ਜੀ ਹਾਜ਼ਰੀ ਭਰ ਰਹੇ ਸਨ। ਆਓ ਹੁਣ ਕੋਸ਼ਿਸ਼ ਕਰੀਏ ਜਿੰਨਾ ਸਮਾਂ ਸਾਡੇ ਪਾਸ ਹੈ ਸਮੇਂ ਨੂੰ ਸਫਲਾ ਕਰ ਸਕੀਏ। ਸਮੇਂ ਨੂੰ ਪਾਸ ਨਹੀਂ ਕਰਨਾ, ਸਮੇਂ ਨੂੰ ਸਫਲਾ ਕਰਨਾ। ਇਹ ਤਾਂ ਹੋ ਸਕਦਾ ਜਦੋਂ ਤਨ ਦੇ ਨਾਲ ਮਨ ਵੀ ਹਾਜ਼ਰ ਹੋਵੇ। ਆਓ 2 ਕੁ ਮਿੰਟ ਉਸੇ ਪਿਆਰ ਵਿੱਚ ਗੁਰਮੰਤਰ ਦਾ ਆਸਰਾ, ਫਿਰ ਆਪਾਂ ਰਲ ਮਿਲ ਕੇ ਹਾਜ਼ਰੀ ਭਰਦੇ ਹਾਂ। ਜਿਤਨੀ ਵੀ ਸੰਗਤ ਹੈ ਕੋਸ਼ਿਸ਼ ਕਰੋ ਇਕਾਗਰਤਾ ਦਾ ਧਿਆਨ ਰੱਖੋ। ਗੁਰੂ ਮਹਾਰਾਜ ਹਜੇ ਪ੍ਰਕਾਸ਼ਮਾਨ ਨੇ, ਹਜੇ ਸੁਖਾਸਨ ਦੀ ਸੇਵਾ ਨਹੀਂ ਹੋਈ, ਹਜੇ ਮਹਾਰਾਜ ਪ੍ਰਕਾਸ਼ਮਾਨ ਨੇ। ਜਿਤਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋਗੇ, 10 ਗੁਣਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਦੁਨੀਆਂ ਵੀ ਸਤਿਕਾਰ ਕਰਾਉਣਗੇ। ਜਿਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ। ਸੋ ਸਤਿਗੁਰੂ ਮੇਰ ਕਰਨ 2 ਮਿੰਟ ਜਪੋ ਸਾਰੇ ਜੀ, ਉਸ ਤੋਂ ਬਾਅਦ ਆਪਾਂ ਰਲ ਮਿਲ ਕੇ ਹਾਜ਼ਰੀ ਭਰਦੇ ਹਾਂ। ਕਰੋ ਸਾਰੀ ਸੰਗਤ ਕਿਰਪਾ, ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਜਪੋ ਜਪੋ ਸਾਰੇ ਬੋਲੋ ਵਾਹਿਗੁਰੂ ਗੁਰੂ ਵਾਹਿਗੁਰੂ 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 ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਤੈਸੜਾ ਕਰੀ ਗਿਆਨ ਵੇਲਾ ਲੋ ਪਾਪ ਕੀ ਜੰਝ ਲੈ ਕਾਬਲੋ ਤਾਇਆ ਚੋਰੀ ਮੰਗੈ ਦਾਨ ਵੇਲਾ ਲੋ ਸ਼ਰਮ ਧਰਮ ਦੋਏ ਸ਼ਫਖ ਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਕਾਜੀਆ ਬਾਮਣਾ ਕੀ ਗੱਲ ਥਕੀ ਅਗਦ ਪੜੈ ਸ਼ੈਤਾਨ ਵੇਲਾ ਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਰੇ ਖੁਦਾਏ ਵੇਲਾ ਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇਲਾ ਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨੇ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚਣਾ ਨਿਆਉ ਕਰੇ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਨ ਸੀ ਬੋਲਾ ਆਵਨ ਅਠਤਰੇ ਜਾਨ ਸਤਾਨਵੇ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਸਾਰੀ ਸੰਗਤ ਬੋਲੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਜਿਸਦਾ ਦਿਹਾੜਾ ਮਨਾ ਰਹੇ ਹੋ ਉਹਦਾ ਨਾਂ ਰਸਨਾ ਤੇ ਲਿਆਓ ਜਿਨ੍ਹਾਂ ਨੇ ਪਿਆਰਿਆਂ ਨੂੰ ਵੀ ਧੰਨ ਆਖਤਾ ਗੁਰਬਾਣੀ ਕਹਿੰਦੀ ਏ ਉਹਨਾਂ ਦੇ ਰਸਤਿਆਂ ਵਿੱਚੋਂ ਜਮ ਦੂਰ ਦੌੜ ਜਾਂਦੇ ਪਿਆਰਿਆਂ ਨੂੰ ਵੀ ਧੰਨ ਕਹਿ ਦਿਓ ਗੁਰੂ ਦੀ ਤੇ ਗੱਲ ਇੱਕ ਪਾਸੇ ਰਹੀ ਕਿੰਨਾ ਪਿਆਰ ਕੀਤਾ ਹੋਣਾ ਗੁਰੂ ਨਾਨਕ ਸਾਹਿਬ ਨੇ ਲਾਲੋ ਨੂੰ ਇਹ ਸ਼ਬਦ ਚ ਕਿੰਨੀ ਵਾਰ ਵੇ ਲਾਲੋ ਵੇ ਲਾਲੋ ਵੇ ਲਾਲੋ ਕਿੰਨਾ ਪਿਆਰ ਕਰਦੇ ਹੋਣਗੇ ਗੁਰੂ ਨਾਨਕ ਸਾਹਿਬ ਉਹ ਧੰਨ ਸੀ ਲਾਲੋ
ਕਰਮਾਂ ਵਾਲਾ ਸੀ ਲਾਲੋ ਸਾਧ ਸੰਗਤ ਜੀ ਇੱਕ ਵਾਰੀ ਸਾਰੀ ਸੰਗਤ ਪਿਆਰ ਬਖਸ਼ੋ ਜਿਵੇਂ ਗੁਰੂ ਨਾਨਕ ਸਾਹਿਬ ਲਾਲੋ ਨੂੰ ਕਹਿ ਰਹੇ ਨੇ ਅਸੀਂ ਵੀ ਲਾਲੋ ਨੂੰ ਬੇਨਤੀ ਕਰੀਏ ਸਾਡੀ ਪਹੁੰਚ ਨਹੀਂ ਗੁਰੂ ਨਾਨਕ ਤੱਕ ਲਾਲੋ ਤੂੰ ਸਾਡਾ ਵਿਚੋਲਾ ਬਣ ਜਾ ਜੇ ਲਾਲੋ ਦੀ ਸਿਫਾਰਿਸ਼ ਕਰ ਦੇਣਗੇ ਸਾਡੀ ਤੇ ਮੋੜ ਸਕਦੇ ਆ ਲਾਲੋ ਦੀ ਕਿਵੇਂ ਮੋੜਨਗੇ ਪਿਆਰ ਚ ਵੱਸ ਕੀਤਾ ਸੀ ਲਾਲੋ ਨੇ ਸੱਚੀ ਸੁੱਚੀ ਕਿਰਤ ਕਰਦਾ ਸੀ ਲੱਖਾਂ ਰੁਪਏ ਗੋਲਕਾਂ ਚ ਪਾਓ ਨੀ ਖੁਸ਼ ਹੋਏਗਾ ਜੇ ਲੋਕਾਂ ਦੇ ਖੂਨ ਪੀ ਪੀ ਕੇ ਗੋਲਕਾਂ ਭਰਦੇ ਹੋ ਬਾਬਾ ਖੁਸ਼ ਹੁੰਦਾ ਜੇ ਸੱਚੀ ਸੁੱਚੀ ਕਿਰਤ ਨਾਲ ਮਲਕ ਭਾਗੋ ਵਰਗਿਆਂ ਨੇ ਵੀ ਲੰਗਰ ਲਾਏ ਸੀ ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰੀ ਰੋਟੀਆਂ ਚੋਂ ਤੇਰੇ ਲੰਗਰ ਚੋਂ ਗਰੀਬਾਂ ਦਾ ਖੂਨ ਦਿਸਦਾ ਏ ਲਾਲੋ ਦੀ ਰੋਟੀਆਂ ਭਾਵੇਂ ਸੁੱਕੀਆਂ ਨੇ ਪਰ ਮੈਨੂੰ ਉਹਦੇ ਚੋਂ ਅੰਮ੍ਰਿਤ ਦੁੱਧ ਦਿਖਦਾ ਏ ਪਿਆਰ ਦਾ ਭੁੱਖਾ ਜੇ ਬਸ ਵਪਾਰ ਘੱਟ ਕਰੋ ਗੁਰੂ ਨਾਨਕ ਸਾਹਿਬ ਨਾਲ ਪਿਆਰ ਜ਼ਿਆਦਾ ਕਰੋ ਜ਼ਰੀਆ ਹੀ ਬਣਾਇਆ ਹੋਇਆ ਸੀ ਲੋਕਾਂ ਨੇ ਪਿਆਰ ਕਰੋ ਕਿਤੇ ਬਾਬੇ ਨਾਲ ਇੱਕ ਇਲਾਕੇ ਦਾ ਰਾਜ ਸਾਡੀ ਦੁਨੀਆਂ ਦਾ ਤਖਤ ਬਖਸ਼ ਦੇ ਮੇਰਾ ਸਤਿਗੁਰੂ ਇੱਕ ਵਾਰੀ ਪਿਆਰ ਕਰਕੇ ਤੇ ਵੇਖੋ ਇੱਕ ਵਾਰੀ ਕਹਿਓ ਜੀ ਪਿਆਰ ਨਾਲ ਉਹ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲੋ ਪਾਪ ਕੀ ਜੰਜ ਲੈ ਕਬ ਲੋਤਾਇਆ ਜੋਰੀ ਮੰਗੇ ਦਾਨ ਮਿਲਾ ਲੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲੋ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲੈ ਜਿਸਨੂੰ ਤੇਰੀ ਨਦਰ ਜਿਸਨੂੰ ਤੇਰੀ ਨਦਰ ਬੋਲੋ ਜਿਸਨੂੰ ਤੇਰੀ ਨਦਰ ਗੁਰੂ ਨਾਨਕ
ਜਿਸਨੂੰ ਤੇਰੀ ਨਜ਼ਰ ਜਿਸਨੂੰ ਤੇਰੀ ਨਜ਼ਰ ਬੋਲਾ ਜਿਸਨੂੰ ਤੇਰੀ ਨਜ਼ਰ ਜਿਸਨੂੰ ਤੇਰੀ ਨਜ਼ਰ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ ਜਿਸਨੂੰ ਤੇਰੀ ਖੁਸ਼ੀ ਤਿੰਨੋ ਨਿੱਦ ਪੁੱਛੀਏ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ ਜਿਸਨੂੰ ਤੇਰੀ ਬੇਗੈਰਾ ਜਿਸਨੂੰ ਤੇਰੀ ਬੇਗੈਰਾ ਜਿਸਨੂੰ ਤੇਰੀ ਤੇਰੀ ਨਾ ਤੇਰੀ
ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਓ ਤਨ ਗੁਰ ਨਾਨਕ 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 ਗੁਰੂ ਨਾਨਕ ਧੰਨ 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 ਗੁਰੂ ਨਾਨਕ ਬੋਲਾ ਜਿਸਨੂੰ ਤੇਰੀ ਨਦਰ ਆਪੇ ਪਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਏ ਇੱਕ ਚੁੱਲੇ ਰਹਿਣ ਚੜੇ ਇੱਕ ਨਿਰਾਲੀ ਪੈਸਵਾਦਾ ਇੱਕ ਉੱਪਰ ਰਹਿਣ ਖੜੇ ਨਾ ਸਵਾਰੇ ਨਾਨਕਾ ਨਾ ਸਵਾਰੇ ਨਾਨਕਾ ਨਾ ਸਵਾਰੇ ਨਾਨਕਾ ਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਜਿਨ ਕੋ ਨਜ਼ਰ ਜਿਨਕੋ ਨਦਰ ਕਰੇ ਜਿਨਕੋ ਨਦਰ ਕਰੇ ਜਿਨਕੋ ਨਦਰ ਕਰੇ ਜਿਨਕੋ ਨਦਰ ਕਰੇ ਬੋਲਾ ਜਿਸਨੂੰ ਤੇਰੀ ਨਦਰ ਜਿਸਨੂੰ ਤੇਰੀ ਨਦਰ ਉੱਪਰ ਨਦਰ ਕਰੇ ਕਰਤਾ ਜਿਸ ਉੱਪਰ ਨਦਰ ਕਰੇ ਕਰਤਾ ਇਸ ਜਨ ਕੇ ਸਭ ਕਾਜ ਸਵਾ ਇਸ ਜਨ ਕੇ ਸਭ ਕਾਜ ਸਵਾ ਜਿਸਨੂੰ ਤੇਰੀ ਨਦਰ ਜਿਸਨੂੰ ਤੇਰੀ ਨਦਰ ਬੋਲੋ ਜਿਸਨੂੰ ਤੇਰੀ ਨਦਰ
तेरी नजर कच्चो कंचन भयो सवद गुर सामने सुनियो कच्चो कंचन भयो शबद गुर सरवणे सुनियो बिखते अमृत होयो नाम सतगुर मुख बणियो लो होयो लाल लो होयो लाल नदर सतगुर जग तारे 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 लख खुशियां बादशाहियां लख खुशियां बादशाहियां बोलो लख खुशियां बादशाहियां वावा लख खुशियां बादशाहियां जे सतगुर नदर करे सतगुर नदर करे 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 बोलो लख खुशियां पातशाहियां बोलो जी लख खुशियां पातशाहियां लख खुशियां पातशाहियां लख खुशियां पातशाहियां लख खुशियां पातशाहियां सारे आखो सतनाम श्री वाहे गुरु सानू भावें इन्हां ने लेट बिठाया पर तुहानू लेट नहीं करांगे पांच मिनट आप जी सहयोग बख्शण जिन्हां कोल दाता मंगदे आं सुखा संधि सेवा करा के जानी बड़ी चैन की निंदर आएगी जदों महाराज की सेवा करा के जाओ बहुत जरूरी काम है तो जा सकते हो छोटी अरदास करके घर जाके जे वेले ही बहना है टैलीमुजर टैलीविजन के मूहरे रिमोट लैके बह जाना है इस तो चंगा महाराज की सेवा करा के जाओ रात नूं वेखियो साथ सारी रात कितनी चैन की निंदर आएगी इहदा सत्कार करिए सब तो पहले आके बैठे गुरु ग्रंथ साहिब और सब तो बाद भी जानगे आखो सतनाम श्री वाहेगुरु बहुत जरूरी काम है जान तो बिना सरदा नहीं ते छुट्टी अरदास करके जाओ जे कोई काम नहीं घर जाके वेले ही बहना है जेड़ा समा इत्थे दे जाओगे दुखा दे समय कट्टे जाने दुखा दियां तकलीफा दियां घड़ियां गुरु नानक साहब कट देणगे इस समय मेरी गोद च बैठा है आने वाले माड़े कर्म भी गुरु नानक नूं कट्टणे पैंदे इस वेले कितनी दुनिया हस्पतालां च पई तड़फदी पई इस वेले कितनी दुनिया जेड़ी सड़कां ते पटरियां ते पई होई इस वेले कितने शरीर साडे वर्गे जेड़े जेलां विच कैदी बन के पए होए शुकर निकले शुकर महाराज इस समय सानू तू अपनी गोद बख्शी जेड़ा समा इत्थे दे जाओगे बस ओही सफल आ जी कई बारी प्रबंधक माण दे दिंदे है जी बड़ा कीमती समा कढ के आए
ਕਈ ਵਾਰੀ ਮਾਣ ਦੇ ਦਿੰਦੇ ਆ ਜੀ ਫਲਾਣੇ ਬੰਦੇ ਆਏ ਨੇ, ਕਿੰਨਾ ਕੀਮਤੀ ਸਮਾਂ ਕੱਢ ਕੇ, ਕਾਹਦਾ ਕੀਮਤੀ ਸਮਾਂ, ਸਮੇਂ ਦੀ ਤੇ ਕੀਮਤ ਹੀ ਇੱਥੇ ਬਣਦੀ, ਸਮਾਂ ਤੇ ਕੀਮਤੀ ਬਣਦਾ ਹੀ ਇੱਥੇ, ਭਾਵੇਂ ਜੋ ਮਰਜ਼ੀ ਤੂੰ ਰੁਝੇਵਾਂ ਛੱਡ ਕੇ ਆਇਆ, ਕੀਮਤੀ ਸਮਾਂ ਨਹੀਂ ਛੱਡ ਕੇ ਆਇਆ, ਸਮੇਂ ਦੀ ਤੇ ਕੀਮਤ ਹੀ ਇੱਥੇ ਬਣਦੀ। ਜਿਹੜਾ ਸਮਾਂ ਇੱਥੇ ਦੇ ਜਾਏਗਾ, ਧੁਰ ਦਰਗਾਹ ਚ ਤੇਰਾ ਸਮਾਂ ਲਿਖਿਆ ਜਾਏ। ਭਾਵੇਂ ਕਰੋੜਾਂ ਅਰਬਾਂ ਦੇ ਕਾਰੋਬਾਰ ਛੱਡ ਕੇ ਆਇਆ, ਕੋਈ ਕੀਮਤੀ ਸਮਾਂ ਨਹੀਂ ਛੱਡ ਕੇ ਆਇਆ, ਤੋ ਕੂੜ ਦੀਆਂ ਪੰਡਾਂ ਹਨ, ਸਰੀਰ ਸੜੇਗਾ, ਮਾਇਆ ਵੀ ਲੁੱਟੀ ਪੁੱਟੀ ਜਾਏ। ਇਹ ਸਮਾਂ ਇੱਥੇ ਬਣਦਾ ਜੇ ਕੀਮਤੀ, ਇੱਥੇ ਸਮਾਂ ਦੇਣਾ ਸ਼ੁਰੂ ਕਰੋ। ਉਹਦਾ ਕੂਕਰ ਹੋਣ ਦੇ ਨਾਤੇ ਬੇਨਤੀ ਕਰਦਾ, ਦੁੱਖਾਂ ਨੂੰ ਸਮਾਂ ਨਹੀਂ ਦੇਣਾ ਪਏ, ਇੱਥੇ ਸਮਾਂ ਦੇਣਾ ਸ਼ੁਰੂ ਕਰੋ, ਸ਼ੌਂਕ ਤੇ ਨਾਲ ਬੈਠੋ। ਮਹਾਂਪੁਰਖ ਬਚਨ ਕਰਦੇ ਸੀ, ਜਦੋਂ ਗੁਰੂ ਨਾਨਕ ਦੇ ਘਰ ਆਓ ਤੇ ਐਵੇਂ ਆਓ ਜਿਵੇਂ ਵਿਆਹੀ ਬੱਚੀ ਆਪਣੇ ਪੇਕੇ ਘਰ ਆਉਂਦੀ, ਕਿੰਨੀ ਰੀਝਾਂ ਨਾਲ ਆਉਂਦੀ, ਇਸੇ ਤਰ੍ਹਾਂ ਆਓ, ਮੈਂ ਆਪਣੇ ਬਾਪੂ ਕੋਲ ਆਈ। ਬਸ ਇਹਦੀ ਨਜ਼ਰ ਸਵੱਲੀ ਪੈ ਜਾਏਗੀ, ਮੇਰੀ ਆਉਣ ਵਾਲੀਆਂ ਜਨਮਾਂ ਜਨਮਾਂ ਦੀਆਂ ਤਕਲੀਫਾਂ ਕੱਟੀਆਂ ਜਾਣੀਆਂ। ਐਸੀਆਂ ਖੇਡਾਂ ਵਰਤਦੀਆਂ ਜੇ ਇੱਥੇ, ਕਦੀ ਉਹਦੀ ਨਦਰ ਬਾਣੇ ਪੁੱਛਣਾ ਹੋਏ ਤੇ ਰੀਠਾ ਸਾਹਿਬ ਜਾ ਕੇ ਕਦੀ ਰੀਠੇ ਨੂੰ ਪੁੱਛੋ, ਇਹਦੀ ਨਦਰ ਦਾ ਬਾਰੇ ਪੁੱਛਣਾ ਹੋਵੇ ਕਦੀ ਰੀਠਾ ਸਾਹਿਬ ਜਾ ਕੇ ਰੀਠੇ ਨੂੰ ਪੁੱਛੋ। ਓਏ ਤੂੰ ਤੇ ਕੌੜਾ ਜ਼ਹਿਰ ਵਰਗਾ ਹੈ, ਤੂੰ ਤੇ ਕੌੜਾ ਜ਼ਹਿਰ ਵਰਗਾ ਸੀ, ਇੰਨਾ ਮਿੱਠਾ ਕਿਵੇਂ ਹੋ ਗਿਆ, ਸਦੀਆਂ ਬੀਤ ਗਈਆਂ ਅੱਜ ਤੱਕ ਤੂੰ ਪ੍ਰਸ਼ਾਦ ਦੇ ਰੂਪ ਚ ਵਰਤ ਰਿਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹੇਗਾ ਬਸ ਇੱਥੇ ਗੁਰੂ ਨਾਨਕ ਆਇਆ ਸੀ, ਮੇਰੇ ਤੇ ਨਜ਼ਰ ਭਰ ਕੇ ਵੇਖਿਆ ਸੀ, ਮੇਰਾ ਸਾਰਾ ਜ਼ਹਿਰ ਖਤਮ ਹੋ ਗਈ, ਮੇਰੀ ਸਾਰੀ ਕੋੜ ਤਨ ਖਤਮ ਹੋ ਗਈ, ਗੁਰੂ ਨਾਨਕ ਦੀ ਨਜ਼ਰ ਪੈ ਗਈ, ਸਦੀਆਂ ਬੀਤ ਗਈਆਂ ਅੱਜ ਤੱਕ ਮੈਂ ਮਿੱਠਾ, ਮੈਨੂੰ ਪ੍ਰਸ਼ਾਦ ਦੇ ਰੂਪ ਚ ਵਰਤਾਇਆ ਜਾਂਦਾ ਹੈ। ਉਦੋਂ ਨਹੀਂ, ਅੱਜ ਵੀ ਸਾਧ ਸੰਗਤ ਅੱਜ ਵੀ ਖੇਡਾਂ ਵਰਤਦੀ। ਬਸ ਜਦੋਂ ਆਓ ਬਾਬੇ ਨਾਨਕ ਕੋਲ ਹੀ ਮੰਗਿਆ ਕਰੋ, ਰੋਜ਼ ਸਵੇਰੇ ਉੱਠ ਕੇ ਆਪਣੀ ਨਜ਼ਰ ਸਵੱਲੀ ਰੱਖੀ, ਉਹਦੀ ਨਜ਼ਰ ਸਵੱਲੀ ਹੈ, ਮੈਂ ਸੱਚ ਕਹਿਣਾ ਤੇਰੀ ਮਿੱਟੀ ਵੀ ਸੋਨਾ ਹੋ ਜੇ, ਉਹਦੀ ਨਜ਼ਰ ਸਵੱਲੀ ਹੈ ਤੇਰੀ ਮਿੱਟੀ ਵੀ ਸੋਨਾ ਏ, ਉਹ ਨਜ਼ਰ ਫੇਰ ਲਵੇ ਤੇਰਾ ਸੋਨਾ ਵੀ ਮਿੱਟੀ ਹੁੰਦਿਆਂ ਤੇਰੀ ਨਹੀਂ ਲੱਗੇ। ਦੋਨੋਂ ਪੱਖ ਲਿਖੇ ਗੁਰੂ ਗ੍ਰੰਥ ਸਾਹਿਬ ਜੀ, ਨਜ਼ਰ ਕਰ ਦੇਵੇ ਤੇ ਮਿੱਟੀ ਸੋਨਾ, ਪਰ ਜੇ ਨਦਰ ਫੇਰ ਲਵੇ ਨਦਰ ਪੱਠੀ, ਜੇ ਕਰੇ ਸੁਲਤਾਨਾ ਕਹੋ ਕਰਾਇੰਦਾ ਦਰ ਮੰਗਣ ਪਿਖਣਾ। ਹਮੇਸ਼ਾ ਜਿਤਨੇ ਮਰਜ਼ੀ ਵੱਡੇ ਹੋ ਜਾਓ, ਮਾਇਆ ਕਰਕੇ, ਗਿਆਨ ਕਰਕੇ, ਅਹੁਦਿਆਂ ਕਰਕੇ, ਬਸ ਆਪਣੀ ਔਕਾਤ ਨਾ ਭੁੱਲੋ। ਮੈਂ ਕਿੱਥੇ ਸਾਂ, ਮੇਰੇ ਗੁਰੂ ਨਾਨਕ ਨੇ ਮੈਨੂੰ ਕਿੱਥੇ ਚੜ੍ਹਾ ਦਿੱਤਾ, ਹਮੇਸ਼ਾ ਉਹਦੇ ਸ਼ੁਕਰਾਨੇ ਚ ਜੁੜੇ ਰਹੋ। ਕੋਈ ਪਤਾ ਨਹੀਂ ਲੱਗਦਾ ਪਿਆਰਿਓ, ਰਾਤ ਨੂੰ ਸੁੱਤਾ ਹੋਵੇ ਅਰਬਾਂ ਦਾ ਮਾਲਕ, ਸਵੇਰੇ ਅੱਖ ਖੁੱਲੇ ਖਬਰ ਆ ਜੇ ਸਰਦਾਰ ਜੀ ਦਿਵਾਲੇ ਨਿਕਲ ਗਏ, ਪਤਾ ਨਹੀਂ ਲੱਗਦਾ ਕੁਛ ਵੀ। ਬਸ ਇਹਦੀ ਨਜ਼ਰ ਸਵੱਲੀ ਰਹੇਗੀ, ਫਿਰ ਸਾਧ ਸੰਗਤ ਸਾਰੇ ਪਾਸੇ ਆਪੇ ਹੀ ਕੰਮ ਹੁੰਦੇ ਰਹਿਣਗੇ, ਸਾਰੇ ਪਾਸੇ ਸੁੱਖ ਦੀ ਖਬਰ ਹੋਏਗੀ ਜਦੋਂ ਇਹਨੂੰ ਰਿਝਾ ਲੇ। ਬਸ ਇਹਦੀ ਨਜ਼ਰ ਸਵੱਲੀ ਮੰਗਿਆ ਕਰ, ਸੱਚੇ ਪਾਤਸ਼ਾਹ ਮੈਨੂੰ ਕੁਛ ਨਹੀਂ ਚਾਹੀਦਾ, ਮੇਰੇ ਤੇ ਮਿਹਰ ਰੱਖੀ, ਬਸ ਆਪਣੀ ਨਜ਼ਰ ਸਵੱਲੀ ਰੱਖੀ। ਇੱਕ ਪੰਡਿਤ ਸੀ ਜੀ, ਬੜਾ ਵਿਦਵਾਨ, ਪੰਜ ਸੱਤ ਮਿੰਟ ਆਪ ਜੀ ਨੇ ਸਹਿਯੋਗ ਬਖਸ਼ਣਾ, ਔਰ ਮੈਂ ਆਪਣਾ ਸਮਾਂ ਇਸ ਕਰਕੇ ਘਟਾ ਰਿਹਾ ਕਿ ਅਰਦਾਸ ਸੁਣ ਕੇ ਸਾਰੀ ਹਾਜ਼ਰੀ ਜਿਹੜੀ ਹੈ ਨਾ, ਉਹ ਕਹਿ ਲਓ ਕਿ ਜਿਹੜਾ ਹੁਕਮਨਾਮਾ ਹੁੰਦਾ ਹੈ ਉਹ ਸਮਝ ਲਓ ਕਿ ਹਾਜ਼ਰੀ ਦਾ ਪੀਰੀਅਡ ਹੁੰਦਾ ਹੈ, ਜਿਤਨੇ ਆਏ ਚਲੇ ਗਏ ਤਨ ਭਾਗ ਉਹਨਾਂ ਦੇ, ਪਰ ਅਸਲੀ ਹਾਜ਼ਰੀ ਦਰਗਾਹ ਵਿੱਚ ਰਜਿਸਟਰ ਵਿੱਚ ਉਹਨਾਂ ਦੀ ਮੋਹਰ ਲੱਗੇਗੀ ਜਿਹੜਾ ਹੁਕਮਨਾਮਾ ਸੁਣ ਕੇ ਜਾਣਾ। ਚਮਨਜੀਤ ਸਿੰਘ ਜੀ ਬੋਲੇ, ਉਸ ਤੋਂ ਪਹਿਲਾਂ ਰਮਦਾਸ ਵਾਲੇ ਬੋਲੇ, ਸਭ ਨੇ ਸੁਣਿਆ, ਚਮਨਜੀਤ ਸਿੰਘ ਜੀ ਬੋਲੇ, ਸਭ ਨੇ ਸੁਣਿਆ, ਸਾਰੇ ਪਤਵੰਤੇ ਸੱਜਣ ਬੋਲੇ, ਸਭ ਨੇ ਸੁਣਿਆ, ਅਸੀਂ ਬੋਲਿਆ, ਸਾਰੇ ਸੁਣਦੇ ਨੇ, ਪਰ ਬਦਕਿਸਮਤੀ ਜਦੋਂ ਗੁਰੂ ਬੋਲਦਾ ਸਾਰੇ ਉੱਠ ਕੇ ਚਲੇ ਜਾਂਦੇ। ਉਹਦੀ ਵੀ ਤੇ ਸੁਣੋ, ਸਭ ਤੋਂ ਪਹਿਲੇ ਆਣ ਕੇ ਬੈਠਾ ਹੈ, ਸਭ ਤੋਂ ਪਹਿਲਾਂ ਆਣ ਕੇ ਬੈਠਾ ਜੀ, ਔਰ ਸਭ ਤੋਂ ਬਾਅਦ ਜਾਏਗਾ ਸਾਧ ਸੰਗਤ। ਕਿਤਨਾ ਵੱਡਾ ਜਿਗਰਾ ਹੈ ਉਹ, ਸਾਡੇ ਵਰਗਾ ਪੰਜ ਮਿੰਟ ਨਹੀਂ ਬਹਿ ਸਕਦਾ ਆਪਣੇ ਸਮੇਂ ਤੋਂ ਬਾਅਦ, ਪਰ ਉਹਨੂੰ ਵੇਖੋ ਜਿਹੜਾ ਦਾਤਾਂ ਦੇ ਕੇ ਵੀ ਨਿਮਣਾ ਬਣ ਕੇ ਬੈਠਾ ਹੈ। ਸਾਨੂੰ ਸਿਖਾਇਆ ਉਹਨੇ,
ਸਾਨੂੰ ਸਿਖਾਇਆ ਨੀਵੇਂ ਪਾਉਣ ਮੁਰਾਦਾਂ ਉੱਚੀਆਂ ਆਕੜ ਵਾਲੇ ਢਹਿੰਦੇ ਨੇ ਨੀਵੇਂ ਥਾਂ ਤੇ ਜਲ ਥਲ ਹੋ ਜੇ ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ ਝੁਕਣਾ ਸਿੱਖੀਏ ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ ਆਕੜਨਾ ਹੀ ਤੋ ਮੁਰਦੋ ਕੀ ਪਹਿਚਾਨ ਹੋਤੀ ਜਿੰਨਾ ਨਿਭ ਕੇ ਚੱਲਾਂਗੇ ਉਨੀਆਂ ਬਰਕਤਾਂ ਜ਼ਿਆਦਾ ਮਿਲਣਗੀਆਂ ਜੋ ਮਰਜ਼ੀ ਕੋਈ ਸੰਸਾਰ ਤੁਹਾਨੂੰ ਮਾਣ ਦੇਵੇ ਜਿੱਥੇ ਮਰਜ਼ੀ ਕੋਈ ਤੁਹਾਡੀ ਗੁੱਡੀ ਚੜਾ ਦੇਵੇ ਪਰ ਇਹ ਨਾ ਭੁੱਲਿਓ ਕਿ ਮੈਂ ਗੁਰੂ ਨਾਨਕ ਸਾਹਿਬ ਤੇਰੇ ਘਰ ਦਾ ਝਾੜੂ ਬਰਦਾਨ ਜਿਤਨੇ ਨੀਵੇਂ ਹੋ ਕੇ ਸੇਵਾ ਕਰਦੇ ਰਹੋਗੇ ਉਨੀਆਂ ਮਾਣ ਵਡਿਆਈਆਂ ਵੱਧ ਮਿਲਦੀਆਂ ਰਹਿਣਗੀਆਂ ਜਿੱਥੇ ਦਾਤਾਂ ਲੈ ਕੇ ਅਹੰਕਾਰੀ ਹੋ ਗਏ ਜਿਹੜਾ ਦੇਣਾ ਜਾਣਦਾ ਏ ਉਹ ਦੇ ਕੇ ਖੋਣਾ ਵੀ ਜਾਣਦਾ ਏ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਜਿਹੜਾ ਭਿਖਾਰੀ ਨੂੰ ਰਾਜ ਬਖਸ਼ ਸਕਦਾ ਉਹ ਰਾਜੇ ਨੂੰ ਮਿੰਟ ਨਹੀਂ ਲੱਗਦਾ ਭਿਖਾਰੀ ਵੀ ਬਣਾ ਸਕਦਾ ਇਸ ਕਰਕੇ ਸੱਚੇ ਪਾਤਸ਼ਾਹ ਨੂੰ ਸਦਾ ਹੀ ਧੰਨਵਾਦ ਸ਼ੁਕਰਾਨੇ ਇਹ ਪੰਡਿਤ ਸੀ ਜੀ ਬੜਾ ਵਿਦਵਾਨ 15 ਸਾਲ ਹੋ ਗਏ ਸੀ ਥਾਂ ਥਾਂ ਤੇ ਘੁੰਮਦਾ ਸੀ ਇੱਕ ਸਵਾਲ ਸੀ ਬੜਾ ਵੱਡਾ ਹਰ ਕਿਸੇ ਨੂੰ ਪੁੱਛਦਾ ਸੀ ਪਰ ਕਿਸੇ ਨੇ ਵੀ ਇਹਦੇ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ ਸਵਾਲ ਕੀ ਸੀ ਹਰ ਕਿਸੇ ਨੂੰ ਪੁੱਛਦਾ ਸੀ ਇਹ ਦੱਸੋ ਕਰਮ ਵੱਡੇ ਹੁੰਦੇ ਨੇ ਜਾਂ ਭਗਤੀ ਵੱਡੀ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਕਿਸੇ ਨੇ ਕਹਿਣਾ ਪੰਡਿਤ ਜੀ ਕਰਮ ਵੱਡੇ ਹੁੰਦੇ ਨੇ ਤੇ ਪੰਡਿਤ ਨੇ ਨਾਲ ਹੀ ਜਵਾਬ ਦੇ ਦੇਣਾ ਕਹਿੰਦਾ ਜੇ ਕਰਮ ਵੱਡੇ ਹੁੰਦੇ ਨੇ ਸੁਣ ਫਿਰ ਭਗਤੀ ਤੋਂ ਬਿਨਾਂ ਕਰਮ ਨਹੀਂ ਬਣਦੇ ਜੇ ਕਿਸੇ ਨੇ ਕਹਿਣਾ ਪੰਡਿਤ ਜੀ ਭਗਤੀ ਵੱਡੀ ਹੁੰਦੀ ਤੇ ਪੰਡਿਤ ਨੇ ਕਹਿਣਾ ਕਰਮਾਂ ਤੋਂ ਬਿਨਾਂ ਭਗਤੀ ਨਹੀਂ ਮਿਲਦੀ ਸਾਧ ਸੰਗਤ ਕਿਸੇ ਨੇ ਵੀ ਸਹੀ ਜਵਾਬ ਨਹੀਂ ਦਿੱਤਾ 15 ਸਾਲ ਤੋਂ ਪਰੇਸ਼ਾਨ ਸੀ 15 ਸਾਲ ਤੋਂ ਕੋਈ ਕਹਿੰਦਾ ਸੀ ਕਰਮ ਵੱਡੇ ਨੇ ਤੇ ਪੰਡਿਤ ਕਹਿੰਦਾ ਸੀ ਭਗਤੀ ਤੋਂ ਬਿਨਾਂ ਕਰਮ ਨਹੀਂ ਬਣਦੇ ਕਿਸੇ ਨੇ ਕਹਿਣਾ ਭਗਤੀ ਵੱਡੀ ਤੇ ਪੰਡਿਤ ਨੇ ਕਹਿਣਾ ਕਰਮਾਂ ਤੋਂ ਬਿਨਾਂ ਭਗਤੀ ਨਹੀਂ ਜੇ ਮਿਲਦੀ ਕਿਸੇ ਨੇ ਵੀ ਸਹੀ ਜਵਾਬ ਨਹੀਂ ਦਿੱਤਾ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਾਲੇ ਮਹਾਂਪੁਰਖ ਸੋਭਾ ਸੁਣ ਕੇ ਆਇਆ ਕਿ ਗੁਰੂ ਨਾਨਕ ਨਾਲ ਜੁੜੇ ਹੋਏ ਨੇ ਜਿਹੜਾ ਸੰਗਤ ਕਰਦਾ ਉਹਨੂੰ ਗੁਰੂ ਨਾਨਕ ਨਾਲ ਜੋੜ ਦਿੰਦੀ ਉਹਨਾਂ ਦੀ ਸੰਗਤ ਚ ਆਇਆ ਤੇ ਆਉਂਦਿਆਂ ਸਾਰ ਕਹਿੰਦਾ ਮਹਾਂਪੁਰਖੋ ਮੇਰੇ ਸਵਾਲ ਦਾ ਜਵਾਬ ਦਿਓ ਮੈਨੂੰ 15 ਸਾਲ ਹੋ ਗਏ ਫਿਰਦਿਆਂ ਕਿਸੇ ਨੇ ਵੀ ਮੇਰੇ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ ਮਹਾਂਪੁਰਖ ਕਹਿੰਦੇ ਦੱਸ ਤੇਰਾ ਸਵਾਲ ਕੀ ਹੈ ਕਹਿੰਦਾ ਜੀ ਦੱਸੋ ਕਰਮ ਵੱਡੇ ਹੁੰਦੇ ਨੇ ਜਾਂ ਭਗਤੀ ਵੱਡੀ ਹੁੰਦੀ ਮਹਾਂਪੁਰਖ ਤੇ ਹੁਣ ਗੁਰੂ ਨਾਨਕ ਸਾਹਿਬ ਨਾਲ ਇੱਕ ਨਿਕ ਹੋਏ ਪਏ ਤੇ ਪੰਡਿਤ ਨਾਲ ਹੀ ਨਾਲ ਸੋਚਦਾ ਕਹਿੰਦਾ ਜੇ ਕਹਿਣਗੇ ਕਰਮ ਵੱਡੇ ਨੇ ਮੈਂ ਕਹਿ ਦਿਆਂਗਾ ਭਗਤੀ ਤੋਂ ਬਿਨਾਂ ਕਰਮ ਨਹੀਂ ਬਣਦੇ ਜੇ ਕਹਿਣਗੇ ਭਗਤੀ ਵੱਡੀ ਹੈ ਤੇ ਮੈਂ ਕਹਿ ਦਿਆਂਗਾ ਮਹਾਂਪੁਰਖੋ ਕਰਮਾਂ ਤੋਂ ਬਿਨਾਂ ਭਗਤੀ ਨਹੀਂ ਮਿਲਦੀ ਹੁਣ ਸੋਚਦਾ ਕਹਿਣਗੇ ਕੀ ਕਹਿੰਦਾ ਮਹਾਂਪੁਰਖੋ ਖਾਮੋਸ਼ ਕਿਉਂ ਦੱਸਦੇ ਕਿਉਂ ਨਹੀਂ ਕਰਮ ਵੱਡੇ ਹੁੰਦੇ ਨੇ ਜਾਂ ਭਗਤੀ ਤੇ ਮਹਾਂਪੁਰਖ ਕਹਿਣ ਲੱਗੇ ਜ਼ਮੀਨ ਤੇ ਹੱਥ ਥਪਾ ਥਪਾ ਕੇ ਕਹਿਣ ਲੱਗੇ ਪੰਡਿਤ ਜੀ ਬਹਿ ਜਾਓ ਸੁਣੋ ਫਿਰ ਨਾ ਕਰਮ ਵੱਡੇ ਹੁੰਦੇ ਨੇ ਨਾ ਭਗਤੀ ਵੱਡੀ ਹੁੰਦੀ ਜਿਸ ਗੁਰੂ ਨਾਨਕ ਨੇ ਦੋਨੋਂ ਚੀਜ਼ਾਂ ਬਣਾਈਆਂ ਉਹਦੀ ਨਦਰ ਵੱਡੀ ਹੁੰਦੀ ਮੈਂ ਸੱਚ ਕਹਿੰਦਾ ਉਹਦੀ ਨਦਰ ਤੋਂ ਬਿਨਾਂ ਕਰਮ ਵੀ ਪਿੰਗਲੇ ਨੇ ਉਹਦੀ ਨਦਰ ਤੋਂ ਬਿਨਾਂ ਭਗਤੀ ਵੀ ਪਿੰਗਲੀ ਹਰਨਾਕਸ਼ ਨੇ ਕਿੰਨੀ ਭਗਤੀ ਕੀਤੀ ਅੰਦਾਜ਼ਾ ਨਹੀਂ ਲਾ ਸਕਦੇ ਹਰਨਾਕਸ਼ ਨੇ ਕਿੰਨੀ ਭਗਤੀ ਕੀਤੀ ਹੈ ਪਰ ਉਹਦੀ ਨਦਰ ਤੋਂ ਓਲੇ ਹੋ ਗਿਆ ਨਿਰੰਕਾਰ ਦੀ ਨਦਰ ਤੋਂ ਪਾਸੇ ਹੋ ਗਿਆ ਤੇ ਬਾਣੀ ਨੇ ਹਰਨਾਕਸ਼ ਬਾਰੇ ਕੀ ਕਿਹਾ ਰੋਜ਼ ਪੜ੍ਹਦੇ ਹਾਂ ਬਾਣੀ ਕਹਿੰਦੀ ਹਰਨਾਕਸ਼ ਦੁਸ਼ਟ ਹਰ ਮਾਰਿਆ ਜਿਹੜਾ ਇੰਨੀ ਭਗਤੀ ਕਰੇ ਬਾਣੀ ਉਹਨੂੰ ਦੁਸ਼ਟ ਕਵੇ ਜਿਹੜਾ ਇੰਨੀ ਭਗਤੀ ਕਰੇ ਬਾਣੀ ਉਹਨੂੰ ਦੁਸ਼ਟ ਕਵੇ ਉਹਦੀ ਨਦਰ ਤੋਂ ਪਾਸੇ ਹੋ ਗਿਆ ਤੇ ਉਹਦੀ ਭਗਤੀ ਵੀ ਥਾਂ ਨਹੀਂ ਪਈ ਉਹਦੀ ਭਗਤੀ ਵੀ ਪਿੰਗਲੀ ਹੋ ਗਈ ਰਾਵਣ ਨੇ ਘੱਟ ਭਗਤੀ ਕੀਤੀ ਰਾਵਣ ਘੱਟ ਵਿਦਵਾਨ ਸੀ ਪਰ ਉਹਦੀ ਨਦਰ ਤੋਂ ਪਾਸੇ ਹੋ ਗਿਆ ਅੱਜ ਤੱਕ ਪੁਤਲੇ ਸਾੜੇ ਜਾਂਦੇ ਉਹਦੇ ਬਾਣੀ ਕਹਿੰਦੀ ਲੰਕਾ ਗੱਢ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਏ ਬਾਣੀ ਉਹਨੂੰ ਮੂਰਖ ਕਵੇ ਜਿੰਨੇ ਇੰਨਾ ਜਪ ਤਪ ਕੀਤਾ ਹੋਣ ਉਹਦੀ ਨਦਰ ਵੱਡੀ ਜੇ ਮੈਂ ਕਹਿੰਦਾ ਉਹਦੀ ਨਦਰ ਸਵੱਲੀ ਹੈ ਤੇਰਾ ਥੋੜਾ ਕੀਤਾ ਪਾਠ ਤੇਰੀ ਥੋੜੀ ਕੀਤੀ ਸੇਵਾ ਵੀ ਥਾਂ ਪੈ ਸਕਦੀ ਪਰ ਜੇ ਉਹਦੀ ਨਦਰ ਤੋਂ ਪਾਸੇ ਹੋ ਜਾਵੇ ਮੈਂ ਕਰੇ ਤੇਰਾ ਬਹੁਤਾ ਕੀਤਾ ਵੀ ਥਾਂ ਨਹੀਂ ਪੈ ਸਕਦਾ ਉਹਦੀ ਨਦਰ ਮੰਗਿਆ ਕਰੋ ਬਾਬਾ
ਸਾਡੀ ਕਮਾਈ ਵੱਡੀ ਨਹੀਂ, ਸਾਡੇ ਨਿਤਨੇਮ ਵੱਡੇ ਨਹੀਂ, ਸਾਡੀ ਸੇਵਾ ਵੱਡੀ ਨਹੀਂ, ਤੇਰੀ ਨਜ਼ਰ ਵੱਡੀ। ਐਸਾ ਥਾਂ ਪਾ ਦੇਗਾ, ਐਸਾ ਥਾਂ ਪਾ ਦੇਗਾ, ਤੇਰੀ ਕੀਤੀ ਹੋਈ ਕਮਾਈ ਤੇਰੀਆਂ ਕੁੱਲਾਂ ਵੀ ਖਾਣੀ। ਗੁਰੂ ਨਾਨਕ ਸਾਹਿਬ ਬੈਠੇ ਮਰਦਾਨੇ ਨਾਲ ਤੇ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਭੁੱਖ ਲੱਗੀ ਤੇ ਬਾਬਾ ਜੀ ਨੂੰ ਕਹਿੰਦਾ, ਬਾਬਾ ਜੀ ਉਹ ਸਾਹਮਣੇ ਛੋਲਿਆਂ ਦੇ ਖੇਤ ਹਨ, ਇਤਿਹਾਸ ਹੈ ਸਾਡਾ, ਬਾਬਾ ਜੀ ਜੇ ਹੁਕਮ ਕਰੋ ਸਾਹਮਣੇ ਛੋਲੇ ਪੱਟ ਕੇ ਲਿਆਵਾਂ। ਬਾਬਾ ਜੀ ਕਹਿੰਦੇ, ਮਰਦਾਨੇ ਆ ਮੈਂ ਚੋਰੀ ਕਰਨ ਵਾਸਤੇ ਨਹੀਂ ਕਹਾਂਗਾ ਤੈਨੂੰ। ਬਾਬਾ ਜੀ ਮੈਂ ਚੋਰੀ ਕਰਨ ਵਾਸਤੇ ਥੋੜਾ ਨਾ ਕਹਿੰਦਾ, ਮੈਂ ਤਾਂ ਪੁੱਛਿਆ ਤੁਹਾਨੂੰ। ਬਾਬਾ ਜੀ ਕਹਿੰਦੇ ਮੈਂ ਕਿਵੇਂ ਕਹਿ ਦੇਵਾਂ, ਖੇਤ ਕਿਸੇ ਦਾ, ਬੋਏ ਕਿਸੇ ਨੇ, ਰਾਖੀ ਕਿਸੇ ਨੇ ਕੀਤੀ, ਮੈਂ ਤੈਨੂੰ ਕਿਵੇਂ ਕਹਿ ਦੇਵਾਂ ਪੱਟ ਕੇ ਲਿਆ ਤੇ ਬਾਬਾ ਜੀ ਮੈਂ ਭੁੱਖਾ ਰਵਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨੇ ਆ ਰਬਾਬ ਛੇੜ, ਰਬਾਬ ਛੇੜ ਕਰਤਾਰ ਨਾਲ ਜੁੜ, ਜਦੋਂ ਕਰਤਾਰ ਨਾਲ ਜੁੜੇਗਾ ਸਾਰੀਆਂ ਚੀਜ਼ਾਂ ਆਪੇ ਹੀ ਤੁਰ ਕੇ ਆਉਣਗੀਆਂ ਤੇਰੇ ਕੋਲ। ਜਦੋਂ ਕੀਰਤਨ ਹੋਇਆ, ਸਾਧ ਸੰਗਤ ਧੁਨੀ ਲੱਗ ਗਈ, ਇੱਕ ਛੋਟਾ ਜਿਹਾ ਬੱਚਾ ਜਿਹੜਾ ਉਸ ਛੋਲਿਆਂ ਦੇ ਖੇਤ ਦਾ ਰਾਖਾ ਸੀ, ਉਹਦੇ ਖੇਤ ਨਹੀਂ ਸੀ ਰਾਖਾ ਸੀ, ਉਹਨੇ ਜਦੋਂ ਆਵਾਜ਼ ਸੁਣੀ ਮਧੁਰ, ਭੱਜਦਾ ਭੱਜਦਾ ਉਸ ਆਵਾਜ਼ ਦੇ ਪਿੱਛੇ ਆਇਆ ਤੇ ਵੇਖਿਆ ਗੁਰੂ ਨਾਨਕ ਸਾਹਿਬ ਬੈਠੇ ਇੱਧਰ ਮਰਦਾਨਾ ਇੱਧਰ ਵੱਲ। ਉਹ ਸੁਣ ਹੋ ਗਿਆ ਬੱਚਾ, ਜਦੋਂ ਸਮਾਪਤੀ ਹੋਈ ਤੇ ਬੱਚਾ ਆ ਗਿਆ ਗੁਰੂ ਨਾਨਕ ਸਾਹਿਬ ਕੋਲ, ਕਹਿੰਦਾ ਬਾਬਾ ਜੀ ਮੈਨੂੰ ਬੜਾ ਰਸ ਆਇਆ, ਮੈਨੂੰ ਆਤਮਾ ਨੂੰ ਬੜੀ ਸ਼ਾਂਤੀ ਮਿਲੀ, ਮੈਂ ਤੁਹਾਡੀ ਕੋਈ ਮਹਾਂਪੁਰਖਾਂ ਦੀ ਸੇਵਾ ਕਰਨੀ ਚਾਹੁੰਦਾ। ਬਾਬਾ ਜੀ ਕਹਿੰਦੇ ਤੂੰ ਕੌਣ ਹੈ? ਕਹਿੰਦਾ ਜੀ ਉਹ ਸਾਹਮਣੇ ਛੋਲਿਆਂ ਦੇ ਖੇਤ ਨੇ, ਮੈਂ ਉਹਦਾ ਰਾਖਾ, ਦਿਹਾੜੀਆਂ ਲੈ ਕੇ ਕੰਮ ਕਰਦਾ, ਮੇਰੇ ਖੇਤ ਨਹੀਂ, ਮੈਂ ਰਾਖਾ। ਗੁਰੂ ਨਾਨਕ ਸਾਹਿਬ ਮਰਦਾਨੇ ਵੱਲ ਵੇਖ ਕੇ ਹੱਸਣ ਲੱਗ ਪਏ, ਮਰਦਾਨਿਆਂ ਵੇਖਿਆ ਹੀ, ਜਿਹੜੇ ਸੱਚਮੁੱਚ ਦਿਲੋਂ ਗੁਰੂ ਨਾਨਕ ਦੀਆਂ, ਅਕਾਲ ਪੁਰਖ ਦੀਆਂ ਸਿਫਤਾਂ ਕਰਦੇ, ਅਕਾਲ ਪੁਰਖ ਉਹਨਾਂ ਦਾ ਕਰਜ਼ਦਾਰ ਹੋ ਜਾਂਦੇ। ਕਹਿੰਦਾ ਬਾਬਾ ਜੀ ਹੁਕਮ ਕਰੋ, ਮੇਰਾ ਘਰ ਨੇੜੇ ਹੈ, ਮੈਂ ਆਪਣੀ ਮਾਂ ਤੋਂ ਗਰਮ ਗਰਮ ਪ੍ਰਸ਼ਾਦੇ ਪਕਵਾ ਕੇ ਲੈ ਕੇ ਆਵਾਂ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਇੱਕ ਗਮਛਾ ਜਾ ਪਾਟਾ ਹੋਇਆ ਤੋਲੀਆ ਮੋਢੇ ਤੇ ਪਾਇਆ ਸੀ, ਕਹਿੰਦਾ ਬਾਬਾ ਜੀ ਵਿਛਾ ਕੇ, ਕਹਿੰਦਾ ਬਾਬਾ ਜੀ ਇਹਦੇ ਤੇ ਬੈਠੋ, ਮੇਰੇ ਕੋਲ ਕੁਛ ਹੋਰ ਨਹੀਂ ਤੁਹਾਨੂੰ ਬਿਠਾਉਣ ਵਾਸਤੇ, ਆ ਪਾਟਾ ਹੋਇਆ ਗਮਛਾ ਇਹਦੇ ਤੇ ਬਹਿ ਜਾਓ, ਮੇਰਾ ਘਰ ਕੋਲ ਹੈ, ਮੈਂ ਪ੍ਰਸ਼ਾਦੇ ਗਰਮ ਗਰਮ ਪਕਵਾ ਕੇ ਲੈ ਕੇ ਆਵਾਂ, ਤੁਹਾਡੀ ਸੇਵਾ ਕਰਨੀ ਚਾਹੁੰਦਾ। ਇੰਨੀ ਗੱਲ ਤੇ ਹੀ ਰੀਝੇ ਗੁਰੂ ਨਾਨਕ, ਇੰਨੀ ਗੱਲ ਚ ਹੀ ਰੀਝ ਗਏ, ਇਤਿਹਾਸਕ ਬੋਲ ਨੇ ਜੀ। ਬੱਚਾ ਖਾਮੋਸ਼ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬੱਚਿਆ ਸੁਣ, ਸੱਥਰ ਤੇਰਾ ਲੇਪ ਨਿਹਾਲੀ, ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬੈਠ ਸੁਲਤਾਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਿਹੜੀ ਤੂੰ ਵਿਛਾਈ ਕੀਤੀ ਏ, ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਮਖਮਲ ਦੀ ਵਿਛਾਈ ਕੀਤੀ, ਤੇਰੇ ਵਿਛਾਉਣ ਚ ਇੰਨਾ ਪ੍ਰੇਮ ਸੀ, ਤੂੰ ਹਜੇ ਪ੍ਰਸ਼ਾਦਾ ਛਕਾਇਆ ਨਹੀਂ, ਇੰਨੇ ਪਿਆਰ ਨਾਲ ਪੁੱਛਿਆ ਹੀ, ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਸਾਨੂੰ ਪਕਵਾਨ ਛਕਾਏ ਹੋਣ। ਨਾਨਕ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਆਓ ਬੈਠ ਸੁਲਤਾਨ, ਨਾਨਕ ਤੇ ਸਿਮਤੀ ਨਾਲ ਰਜਿਆ। ਤੇ ਬੱਚਾ ਕਹਿੰਦਾ ਬਾਬਾ ਜੀ ਮੈਂ ਤੇ ਦਿਹਾੜੀਦਾਰ ਬੰਦਾ, ਮੈਂ ਕਾਹਦਾ ਸੁਲਤਾਨ। ਬਾਬਾ ਜੀ ਨੇ ਕੁਛ ਘੜੀ ਉਹਨੂੰ ਕੋਲ ਬਿਠਾ ਕੇ ਰੱਖਿਆ, ਅੱਧੀ ਰਾਤ ਦਾ ਸਮਾਂ ਹੋਇਆ ਤੇ ਬਾਬਾ ਜੀ ਕਹਿੰਦੇ ਤੂੰ ਘਰ ਨੂੰ ਨਹੀਂ ਜਾਣਾ, ਪਹਿਲੇ ਵੀ ਭੇਜ ਸਕਦੇ ਸੀ ਪਰ ਕੋਈ ਖੇਡ ਵਰਤ ਰਹੀ ਸੀ। ਬਾਬਾ ਜੀ ਜਾਣਦੇ ਸੀ ਜਿਸ ਇਲਾਕੇ ਚ ਜਿਸ ਨਗਰ ਚ ਬੱਚਾ ਰਹਿੰਦਾ ਸੀ ਨਾ, ਉਸ ਨਗਰ ਦਾ ਰਾਜਾ ਰਾਤ ਨੂੰ ਚੜ੍ਹਾਈ ਕਰ ਗਏ, ਰਾਤ ਨੂੰ ਚੜ੍ਹਾਈ ਕਰ ਗਿਆ ਤੇ ਸਾਰੇ ਅਹਿਲਕਾਰਾਂ ਵਜ਼ੀਰਾਂ ਨੂੰ ਫਿਕਰ ਪੈ ਗਈ, ਜਦੋਂ ਸਵੇਰ ਹੋਏਗੀ ਸੂਰਜ ਚੜ੍ਹੇਗਾ ਤੇ ਰਾਜ ਗੱਦੀ ਸੁੰਨੀ ਹੋਏਗੀ। ਤੇ ਸਾਰਿਆਂ ਨੇ ਮਤਾ ਪਕਾਇਆ, ਕਹਿੰਦੇ ਦਰਬਾਰ ਨਗਰ ਦੇ ਤਿੰਨ ਦਰਵਾਜ਼ੇ ਬੰਦ ਕਰ ਦਿਓ, ਇੱਕ ਦਰਵਾਜ਼ਾ ਖੋਲ ਦਿਓ, ਜਿਹੜਾ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਦੇਖੇ ਬਸ ਉਹਨੂੰ ਰਾਜ ਗੱਦੀ ਤੇ ਬਿਠਾ ਦਿਓ। ਸਾਰੀ ਰਾਤ ਬਾਬਾ ਜੀ ਨੇ ਉਹਨੂੰ ਕੋਲ ਬਿਠਾਈ ਰੱਖਿਆ, ਭੇਜਿਆ ਹੀ ਨਹੀਂ। ਅੰਮ੍ਰਿਤ ਵੇਲੇ ਬਾਬਾ ਜੀ ਕਹਿੰਦੇ ਜਾ ਤੇਰੀ ਮਾਂ ਉਡੀਕਦੀ ਹੋਣੀ। ਇਹ ਬੱਚਾ ਜਦੋਂ ਸਵੇਰੇ ਸਵੇਰੇ ਨਿੰਦਾ, ਇਹਨੂੰ ਪਤਾ ਹੀ ਨਹੀਂ ਕਿ ਰਾਤੋ ਰਾਤ ਮੇਰੀਆਂ ਤਕਦੀਰਾਂ ਪੁੱਠੀਆਂ ਦੀਆਂ ਸਿੱਧੀਆਂ ਕਰਤੀਆਂ ਗੁਰੂ ਨਾਨਕ ਨੇ, ਇਹਨੂੰ ਹਜੇ ਪਤਾ ਹੀ ਨਹੀਂ। ਬਾਬੇ ਦੇ ਮੁਖੋਂ ਨਿਕਲਿਆ ਨਾ, ਜਾ ਕਾ ਕਹਿਆ ਦਰਗਹਿ ਚਲੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜਿਹਨੂੰ ਮਰਜ਼ੀ ਚਾਣ, ਜੋ ਮਰਜ਼ੀ ਦੇ ਦੇਣ, ਪਲ ਨਹੀਂ ਲੱਗਦਾ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ।
ਇਹ ਬੱਚਾ ਜਦੋਂ ਆ ਰਿਹਾ ਸੀ ਆਪਣੀ ਮਸਤੀ ਤੇ ਸਾਰੇ ਵਜ਼ੀਰਾਂ ਨੇ ਫੜ ਲਏ। ਇਹ ਕਹਿੰਦਾ ਮੈਂ ਕੀ ਗੁਨਾਹ ਕੀਤਾ? ਕਹਿੰਦੇ ਆ ਤੈਨੂੰ ਦੱਸ ਦਿਆਂ ਤੂੰ ਕੀ ਗੁਨਾਹ ਕੀਤਾ। ਇਹਨੂੰ ਫਟਾਫਟ ਫੜ ਕੇ ਰਾਜ ਗੱਦੀ ਤੇ ਬਿਠਾਇਆ, ਰਾਜਕੁਮਾਰਾਂ ਵਾਲੇ ਕੱਪੜੇ ਪਵਾਏ, ਮੁਕਟ ਪਵਾਇਆ ਤੇ ਰਾਜ ਗੱਦੀ ਦਾ ਤਿਲਕ ਲਾਤਾ। ਇਹ ਕਹਿੰਦਾ ਇਹ ਕੀ ਕਰਦੇ ਹੋ? ਕਹਿੰਦੇ ਰਾਤ ਨੂੰ ਸਾਡਾ ਰਾਜਾ ਚੜ੍ਹਾਈ ਕਰ ਗਿਆ, ਅਸੀਂ ਸੋਚਾਂ ਚ ਪਏ ਸੀ ਸਵੇਰੇ ਰਾਜ ਗੱਦੀ ਸੁਣੀ ਹੋਏਗੀ, ਅਸੀਂ ਰਾਤ ਨੂੰ ਮਤਾ ਪਕਾਇਆ, ਨਗਰ ਦੇ ਤਿੰਨ ਦਰਵਾਜ਼ੇ ਬੰਦ ਕਰ ਦੋ, ਇੱਕ ਖੋਲ ਦਿਓ ਤੇ ਇੱਕ ਤੇ ਬਹਿ ਜਾਓ, ਜਿਹੜਾ ਸਵੇਰੇ ਸਵੇਰੇ ਦੇਖੇ ਪਰਮਾਤਮਾ ਤੇ ਛੱਡਦੇ ਸੀ ਪਹਿਲੇ। ਐਵੇਂ ਨਹੀਂ ਕਿਸੇ ਨੂੰ ਗੁਰਦੁਆਰੇ ਦਾ ਪ੍ਰਧਾਨ ਬਣਾਉਣਾ ਤੇ ਲੱਖਾਂ ਰੁਪਏ ਦੀ ਪਹਿਲੇ ਇਲਾਕੇ ਚ ਸ਼ਰਾਬਾਂ ਵੰਡੋ। ਆਖੋ ਸਤਨਾਮ ਵਾਹਿਗੁਰੂ। ਇਹ ਨਹੀਂ ਸੀ ਹੁੰਦਾ ਪਹਿਲੇ ਪਰਮਾਤਮਾ ਤੇ ਛੱਡਦੇ ਸੀ, ਪਰਮਾਤਮਾ ਤੇ ਛੱਡਦੇ ਸੀ, ਜੋ ਕਰੇਗਾ ਭਲੀ ਕਰੇ। ਅੱਜ ਵੇਖ ਲਓ ਤੁਸੀਂ ਕਿੰਨੀ ਮਾੜੀ ਹਾਲਤ ਹੈ। ਨਾਲੇ ਕਹਿੰਦੇ ਅਸੀਂ ਧਰਮ ਦੀ ਸੇਵਾ ਕਰਨੀ, ਨਾਲੇ ਕਹਿੰਦੇ ਅਸੀਂ ਸਿੱਖੀ ਦੀ ਸੇਵਾ ਕਰਨੀ, ਨਾਲੇ ਲੱਖਾਂ ਰੁਪਏ ਦੀਆਂ ਸ਼ਰਾਬਾਂ ਵੰਡਦੇ। ਲੱਖਾਂ ਰੁਪਏ ਦੀ ਸ਼ਰਾਬਾਂ ਵੰਡ ਕੇ ਸੇਵਾ ਕਿਹੜੀ ਹੁੰਦੀ ਹੈ ਜੀ? ਅਸੀਂ ਲੋਕ ਵੀ ਧੜ ਧੜ ਵੋਟ ਪਾਉਂਦੇ ਹਾਂ, ਵਾ ਰੱਬ ਦਾ ਵਾਸਤਾ ਜੇ ਜਿਹੜਾ ਮੈਂਬਰ ਸ਼ਰਾਬਾਂ ਵੰਡੇ ਸਾਧ ਸੰਗਤ ਉਹਨੂੰ ਵੋਟ ਨਾ ਪਾਇਓ। ਦਿਲ ਜਿਗਰਾ ਰੱਖੋ ਥੋੜ੍ਹਾ। ਜਿਹੜਾ ਲੱਖਾਂ ਰੁਪਏ ਦੀ ਸ਼ਰਾਬਾਂ ਵੰਡੇਗਾ ਕਾਹਦੀ ਕੌਮ ਦੀ ਸੇਵਾ ਕਰੇ? ਉਹਨੂੰ ਲਾਓ ਸੇਵਾ ਚ ਸਾਧ ਸੰਗਤ ਜੀ। ਨਾਲੇ ਗੁਰਦੁਆਰਿਆਂ ਚ ਇਲੈਕਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ, ਸਿਲੈਕਸ਼ਨਾਂ ਹੋਣੀਆਂ ਚਾਹੀਦੀਆਂ। ਜਿਹੜਾ ਨਿਤਨੇਮੀ ਹੋਵੇ, ਰੱਬ ਦਾ ਭੈ ਰੱਖਦਾ ਹੋਵੇ, ਉਹਨੂੰ ਬਿਠਾਓ, ਉਹਨੂੰ ਤਰਲੇ ਪਾਓ, ਤੂੰ ਆਗੂ ਬਣ ਤੇ ਕਰ ਸੰਗਤ ਦੀ ਸੇਵਾ। ਐਸੇ ਆਉਣਗੇ ਤੇ ਅੱਜ ਤੁਸੀਂ ਦੇਖ ਲਓ ਕੀ ਹਾਲਤ ਹੈ। ਪੱਗਾਂ ਵਾਲੇ ਪੱਗਾਂ ਵਾਲਿਆਂ ਨੂੰ ਗਾਲਾਂ ਕੱਢਦੇ ਪਏ, ਜਲੂਸ ਨਿਕਲਦੇ ਪਏ, ਦੁਨੀਆਂ ਤਮਾਸ਼ਾ ਵੇਖਦੀ। ਪੱਗਾਂ ਵਾਲੇ ਪੱਗਾਂ ਵਾਲਿਆਂ ਨੂੰ ਗਾਲਾਂ ਕੱਢਦੇ ਪਏ, ਇੱਕ ਦੂਸਰੇ ਤੇ ਮਾੜੇ ਮਾੜੇ ਦੋਸ਼ ਲਾਈ ਜਾਂਦੇ। ਇਹ ਤੇ ਸੋਚੋ ਤੁਸੀਂ ਪ੍ਰਧਾਨ ਬਾਅਦ ਚੋਂ, ਖਜਾਨਚੀ ਬਾਅਦ ਚੋਂ, ਸਭ ਤੋਂ ਪਹਿਲਾਂ ਤੁਸੀਂ ਏਕ ਪਿਤਾ ਏਕ ਅਸਕੇ ਹੰਬਾਰਗ ਤੂੰ ਮੇਰਾ ਗੁਰਹਾਈ, ਇੱਕ ਪਿਓ ਦੇ ਪੁੱਤਰ ਹੋ, ਦੋਨਾਂ ਨੇ ਪੱਗਾਂ ਬੰਦੀਆਂ ਦਾਣੇ ਰੱਖੇ ਨੇ, ਕਿਉਂ ਇੱਕ ਦੂਸਰੇ ਨੂੰ ਗਾਲਾਂ ਕੱਢ ਕੇ ਗੁਰੂ ਗੋਬਿੰਦ ਸਿੰਘ ਦਾ ਦਿਲ ਦੁਖਾਉਂਦੇ? ਸਾਧ ਸੰਗਤ ਥੋੜੀ ਜੀ ਜਾਗੀ ਹੈ ਜ਼ਮੀਰ, ਇਸ ਤਰ੍ਹਾਂ ਰੱਬ ਤੇ ਸੁੱਟਦੇ ਸੀ। ਇਹ ਬੱਚੇ ਨੂੰ ਜਦੋਂ ਕਿਹਾ ਵਜ਼ੀਰਾਂ ਨੇ, ਅੱਜ ਤੋਂ ਬਾਅਦ ਤੂੰ ਨਗਰ ਦਾ ਰਾਜਾ ਏ, ਤੇਰੇ ਹੁਕਮ ਚ ਚੱਲੇਗਾ ਸਭ ਕੁਝ, ਸਾਧ ਸੰਗਤ ਬੱਚਾ ਰਾਜ ਗੱਦੀ ਤੇ ਬਹਿ ਕੇ ਰੋਂਦਾ ਹੈ ਉੱਚੀ ਉੱਚੀ, ਉਹ ਬਾਬਾ ਤੂੰ ਕੌਣ ਸੀ? ਮੈਂ ਤੇ ਤੈਨੂੰ ਪ੍ਰਸ਼ਾਦਾ ਵੀ ਨਹੀਂ ਛਕਾ ਸਕੇ, ਮੈਂ ਤੇ ਪੁੱਛਿਆ ਸੀ ਬਸ, ਮੈਂ ਕੋਈ ਚੰਗੀ ਵਿਛਾਈ ਨਹੀਂ ਕਰ ਸਕਿਆ, ਮੈਂ ਤੇ ਪਾਟਾ ਜਾਂ ਤੋਲੀਆ ਵਿਛਾਇਆ ਸੀ। ਇੰਨੇ ਚ ਰੀਝ ਗਿਆ ਬਾਬਾ, ਰਾਤੋ ਰਾਤ ਮੈਨੂੰ ਦਿਹਾੜੀਦਾਰ ਬੰਦੇ ਨੂੰ ਨਗਰ ਦਾ ਰਾਜਾ ਬਣਾ ਤਈ। ਖਿੰਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾ। ਸਾਧ ਸੰਗਤ ਜੀ ਉਹ ਬਖਸ਼ਿਸ਼ਾਂ ਕਰਦੇ ਮੇਰੇ ਗੁਰੂ ਨਾਨਕ, ਜਿਹਦੇ ਤੇ ਨਦਰ ਕਰ ਦੇਣ ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਹੈ, 5-10 ਮਿੰਟ ਹੋਰ ਬਖਸ਼ਣਾ ਕੇ ਅਰਦਾਸ ਸੁਣ ਕੇ, ਹੁਕਮਨਾਮੇ ਸੁਣ ਕੇ ਮਹਾਰਾਜ ਸਾਹਿਬ ਜਾਣਗੇ, ਆਪਾਂ ਮਗਰ ਮਗਰ ਚੱਲਾਂਗੇ। ਧੰਨਵਾਦ ਹੈ ਕਮੇਟੀ ਦਾ, ਤੇ ਅੱਗੋਂ ਵੀ ਜਦੋਂ ਸਮਾਂ ਬਣਿਆ ਆਪ ਜੀਆਂ ਦੇ ਖੁੱਲੇ ਦਰਸ਼ਨ ਕਰਾਂਗੇ। ਆਓ ਬੜੇ ਪਿਆਰ ਦੇ ਨਾਲ ਇਹਨਾਂ ਪੰਕਤੀਆਂ ਨੂੰ ਪੜੋ, ਫਿਰ ਸਮਾਪਤੀ ਹੈ। ਜਿਸਨੂੰ ਤੇਰੀ ਨਦਰ, ਜਿਸਨੂੰ ਤੇਰੀ ਨਦਰ, ਬੋਲੋ ਜਿਸਨੂੰ ਤੇਰੀ ਨਦਰ, ਜਿਸਨੂੰ ਤੇਰੀ ਨਦਰ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜਿਸਨੂੰ ਤੇਰੀ ਨਦਰ, ਜਿਸਨੂੰ ਤੇਰੀ ਨਦਰ, ਜਿਸਨੂੰ ਤੇਰੀ ਨਦਰ, ਵਾਹਿਗੁਰੂ, ਜਿਸਨੂੰ ਤੇਰੀ ਨਦਰ।
ਰਾਮ ਕਲੀ ਮੱਲਾ ਤੇ ਜਾਣਨ ਦੇ ਓਂਕਾਰ ਸਤਿਗੁਰੂ ਬਰਸਾਨ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਦਾ ਮਾਇਆ ਮਨੁੱਖੀਆਂ ਬਤਾਇਆ ਰਾਗ ਰਤਨ ਪਰਿਵਾਰ ਵਰੀਆ ਸ਼ਬਦ ਗਾਵਣਿਆ ਜੋਤਾਂ ਗਾਵੋ ਗਰੀ ਕੇਰਾ ਅੰਤਨੀ ਵਸਾਇਆ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਸਦਾ ਰੋਹਰ ਨਾਲੇ ਨਾਲ ਰਹੋ ਤੂੰ ਅੰਗ ਮੇਰੇ ਤੂੰ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਹਰੇ ਸਭ ਸਵਾਰਣਾ ਸੁਣਾ ਗੱਲਾਂ ਸੰਗਤ ਸੁਣਾਵੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਰੋਹਰ ਨਾਲੇ ਸਾਚੇ ਸਾਰੇ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਮਝ ਜਿਸਦੇ ਜਿਸੋ ਪਾਵੇ ਸਦਾ ਸਿਰਸਲਾ ਤੇਰੀ ਨਾਮ ਮਨੋ ਸਾਵੇ ਨਾਮ ਜਿਨ ਕੇ ਮਨ ਵਸਿਆ ਅਜੇ ਸ਼ਬਦ ਗਨੇਰੇ ਨਾਨਕ ਸੱਚੇ ਸਾਏ ਕਿਆ ਨਹੀਂ ਕਰ ਤੇਰੇ ਸਾਜਾ ਨਾਮ ਮੇਰਾ ਆਧਾਰੋ ਸਾਜਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ ਪਰਸ਼ਾਨ ਸੁਗਮਨ ਆਇਆ ਸਿਆ ਜਿਹੜੇ ਇੱਛਾ ਸਭ ਪੁਜਾਇਆ ਸਦਾ ਗੁਰਬਾਨ ਕਿਤਾ ਗੁਰ ਵਿੱਟੋ ਸੁਣੋ ਸੰਤੋ ਕਰੋ ਪਿਆਰੋ ਸਾਧਾ ਨਾਮ ਮੇਰਾ ਧਰੋ ਅਜੇ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਤਾਰਿਆ ਪੰਜ ਦੋ ਤੁਰਵਾਸ ਕੀਤੇ ਕਾਲ ਕਟਕ ਮਾਰਿਆ ਤੁਰ ਕੇ ਰੁਕਾਇਆ ਤੁਝ ਕੋ ਨਾਮ ਹਰ ਕੇ ਲਾ ਕੇ ਨਾਨਕ ਤੇ ਆਨੰਦ ਸੁਣੋ ਬਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਸਗਲ ਵਿਸੂਰੇ ਦੁਖ ਰੋਗ ਸੰਤਾਪ ਦਰੇ ਸੁਣੀ ਸੱਚੀ ਬਾਣੀ ਉਹ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਿਤੇ ਪਏ ਭਰਪੂਰੇ ਨਾਨ ਗੁਰ ਚਰਨ ਲਾਗੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਇਸ ਰਾਤ ਦੋਵੇਂ ਤਾਈ ਦਾਇਆ ਖੇਲੇ ਸਗਲ ਜਗਤ ਉਹ ਚੰਗੀਆਂ ਬੁਰੀਆਂ ਬਾਟੇ ਧਰਮ ਗੰਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹਦੀ ਜਿੰਨੀ ਨਾ ਉਤਨਾਸ਼ਕਤ ਨਾਨਕ ਤੇ ਮੁੱਖ ਉਜਲੇ ਕੇਤੀ ਝੂਠੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਉਹ ਬੋਲੇ ਸੋਨਾ ਸਤਿ ਸ੍ਰੀ ਅਕਾਲ ਬੋਲੇ ਸੋਨਾ ਸਤਿ ਸ੍ਰੀ ਅਕਾਲ ਉਹ ਬੋਲੇ ਸੋਨਾ ਸਤਿ ਸ੍ਰੀ ਅਕਾਲ ਦੇਵਤੇ ਫਤਿਹ ਪੰਥ ਕੀ ਰਾਜ ਕਰੇਗਾ ਖਾਲਸਾ ਜੂਲ ਤੇ ਨਿਸ਼ਾਨ ਰਹਿ ਗਏ ਮਹਾਰਾਜ ਕੇ ਸੱਜ ਤੇ ਦੀਵਾਨ ਰਹਿ ਗਏ ਗੁਰੂ ਮਹਾਰਾਜ ਕੇ ਆਗਿਆ ਭਈ ਹਾਲ ਕੀ ਕਵੇ ਚਲਾਇਓ ਪੰਥ ਸਭ ਸਿੱਖਣ ਗੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਬੋਲੇ ਸੋ ਮਿਲਾ ਸਤਿ ਸ੍ਰੀ ਅਕਾਲ ਬੋਲੇ ਸੋ ਮਿਲਾ ਸਤਿ ਸ੍ਰੀ ਅਕਾਲ ਜੋ ਗੱਜ ਤੇ ਬੁਲਾਏ ਸੋ ਮਿਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।